ਤਾਂ ਇੱਕ ਖਬਰ ਹੈ ਜਿਹੜੀ ਕਾਫੀ ਦਿਨਾਂ ਤੋਂ ਵਾਇਰਲ ਹੋ ਰਹੀ ਸੀ, ਜਿੱਥੇ ਕਿ ਕਿਹਾ ਜਾ ਰਿਹਾ ਸੀ ਕਿ ਇੱਕ ਅਪਾਹਜ ਦੋਤੀ ਨੂੰ ਉਸਦੇ ਨਾਨਾ ਨਾਨੀ ਪਾਲ ਰਹੇ ਨੇ, ਜਿਹੜੇ ਕਿ ਬੜੀ ਮੁਸ਼ਕਿਲ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਵੀ ਕਰਦੇ ਨੇ ਅਤੇ ਆਪਣੀ ਦੋਤੀ ਦਾ ਜਿਹੜਾ ਦਵਾਈ ਦਵੂਈ ਦਾ ਖਰਚਾ ਹੈ ਉਹ ਵੀ ਆਪਣੇ ਕੋਲੋਂ ਹੀ ਕੱਢਦੇ ਨੇ। ਤਾਂ ਇਸ ਖਬਰ ਤੋਂ ਬਾਅਦ ਜਦੋਂ ਸਾਡੀ ਟੀਮ ਉੱਥੇ ਕਵਰ ਕਰਨ ਦੇ ਲਈ ਪਹੁੰਚਦੀ ਹੈ ਤਾਂ ਉੱਥੇ ਜਾ ਕੇ ਦੇਖਦੀ ਹੈ ਕਿ ਵਾਕਈ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਵਿੱਚੋਂ ਜਿਹੜਾ ਨਾਨਾ ਹੈ ਉਹ ਵੀ ਕੰਮ ਕਰਨ ਤੋਂ ਅਸਮਰੱਥ ਹੈ ਅਤੇ ਦੋਤੀ ਤਾਂ ਅਪਾਹਜ ਦੱਸੀ ਜਾ ਰਹੀ ਹੈ। ਜਿਵੇਂ ਕਿ ਪਹਿਲਾਂ ਹੀ ਆਪਾਂ ਤਸਵੀਰਾਂ ਦੇ ਵਿੱਚ ਦੇਖਿਆ ਸੀ ਕਿ ਦੋਤੀ ਜਿਹੜੀ ਅਪਾਹਜ ਹੈ ਅਤੇ ਜਾ ਕੇ ਜਦੋਂ ਵੇਖਦੇ ਹਾਂ ਤਾਂ ਦੋਵੇਂ ਨੇ ਜਿਹੜੇ ਉਹ ਮੰਜੇ 'ਤੇ ਪਏ ਨੇ ਅਤੇ ਜਿਹੜੀ ਨਾਨੀ ਹੈ ਉਹੀ ਮਾੜਾ ਮੋਟਾ ਦਿਹਾੜੀ ਦੱਪਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਹੈ। ਤਾਂ ਇਸ ਮੌਕੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੀ ਦੱਸਿਆ ਆਪਣੀ ਇਸ ਕਹਾਣੀ ਬਾਰੇ, ਆਓ ਤੁਸੀਂ ਵੀ ਸੁਣੋ। ਦੋਤੀ ਆ ਮੈਂ ਜੀ ਨਾਨੀ ਲੱਗਦੀ। ਕਿੰਨੀ ਦੇਰ ਤੋਂ ਇਹਨੂੰ ਕੀ ਹੋਇਆ? ਇਹਨੂੰ ਬਚਪਨ ਤੋਂ ਹੀ ਇਹ ਜਨਮ ਲੈਂਦੇ ਆ ਸਾਰੀ ਪਿਆਰੀ ਨੂੰ, ਉਦੋਂ ਤਾਂ ਆਉਂਦੇ ਸੀ ਵੀ ਇਹਨੇ ਚੱਜ ਦਾ ਇਲਾਜ ਕਰਾਇਆ, ਪੱਟੀਆਂ ਪੁੱਟੀਆਂ ਕਰਾਉਂਦੇ ਰਹਿਣਾ, ਇਹ ਸਾਰੀ ਸਪੋਰਟ ਕਰੀ ਨਾ ਅੰਮ੍ਰਿਤਸਰੋਂ ਵੀ ਕਰਾਉਂਦੀ ਸੀ, ਇੱਧਰ ਜਲੰਧਰ ਵਾਲੇ ਵੀ ਖੜਦੇ ਰਹੇ ਸੀ, ਅਤੇ ਇਹਦਾ ਨਹੀਂ ਸੀ ਪਿਆਰੀ ਦਾ ਕੋਈ ਨਹੀਂ ਗੱਲ ਬਣੀ। ਅਤੇ ਹੁਣ ਇਹਦਾ ਪੋਲਗਾ ਪੋਲਗਾ ਉਦੋਂ ਆਖੀ ਜਾਂਦੇ ਸੀ, ਪੋਲਗਾ ਨਹੀਂ ਆ ਇਹਨੂੰ ਤਾਂ ਕੋਈ ਕੀਤਾ, ਲੱਤਾਂ ਦਾ ਕੋਈ ਨੁਕਸਾ, ਲੱਤਾਂ ਨਹੀਂ ਇਹ ਖਲੋ ਸਕਦੀ, ਜਿੱਦਾਂ ਲੱਕ ਜਿੱਦਾਂ ਸੁੱਟ ਚੜਦੀ ਹੈ ਵੀ ਲੱਤੋਂ ਲੱਤਾਂ ਦਾ ਨਹੀਂ ਭਾਰ ਨਹੀਂ ਪਾ ਸਕਦੀ, ਏਦਾਂ ਵਾ ਲੱਕ ਹੀ ਸੁੱਟ ਚੜਦੀ, ਲੱਕ ਹੀ ਸੁੱਟ ਚੜਦੀ। ਕਿੰਨੇ ਬੱਚੇ? ਕਿੰਨੇ ਦੇ ਬੱਚੇ? ਵੀਰਾ ਦੋ ਕਾਕੇ, ਦੋ ਰੱਬ ਕਰ ਜਾਵੇ, ਗੁੱਡੀਆਂ ਤਿੰਨ ਆ ਅਤੇ ਤਿੰਨੇ ਵਿਆਹ ਤੇ ਨਾ, ਛੋਟੀ ਗੁੱਡੀ ਆ ਜਿਹੜੀ ਅੱਜ ਆਈ ਹੈ, ਗੁੱਡੀਆਂ ਤਿੰਨੇ ਮੈਂ ਵਿਆਹ ਤੇ ਨੇ। ਇਹਦੀ ਮਾਤਾ? ਇਹਦੀ ਮਾਤਾ ਇਹਨਾਂ ਦਾ ਬਾਪ ਗੁਜ਼ਰ ਗਿਆ ਸੀ ਅਤੇ ਮੈਂ ਦੂਜੇ ਥਾਂ ਭਾਲੀ ਸੀ ਅਤੇ ਹਰਿਆਣੇ 'ਚ ਆ, ਉਹ ਹਰਿਆਣੇ। ਹੁਣ ਕੀ ਮੰਗ ਕਰਦੇ? ਮੰਗ ਕਰਦੇ ਆ ਇਹਨਾਂ ਦਾ ਵਿਚਾਰੀ ਦਾ ਇਲਾਜ ਹੋ ਜਾਵੇ ਅਤੇ ਸਾਡੇ ਕੁੱਲੇ 'ਤੇ ਕਿਤੇ ਛੱਤ ਪੈ ਜਾਵੇ, ਜਦੋਂ ਚੋਂਦਾ ਕਿ ਨਹੀਂ ਗਾ ਉਦੋਂ ਸਾਨੂੰ ਬੜੀ ਪਰੇਸ਼ਾਨੀ ਹੁੰਦੀ, ਜਦੋਂ ਮੀਂਹ ਆਉਂਦਾ ਪਾਣੀ ਵੀ ਜਾਂਦਾ ਸਾਡੇ ਅੰਦਰਾਂ, ਸਾਡੇ ਅੰਦਰਾਂ 'ਚ ਪਾਣੀ। ਇਹਦੇ ਵਾਸਤੇ ਕੀ ਮੰਗ? ਇਹਦੇ ਵਾਸਤੇ ਅਸੀਂ ਚਾਹੁੰਦੇ ਹਾਂ ਤੁਹਾਡੇ ਘਰੇ ਹੱਥ ਜੋੜਦੇ ਵੀ ਇਹਦਾ ਇਲਾਜ ਹੋ ਜਾਵੇ ਚਾਚੀ ਦਾ। ਡਾਕਟਰਾਂ ਨੇ ਕਿਹਾ ਇਲਾਜ ਹੈਗਾ? ਡਾਕਟਰਾਂ ਨੇ ਸਾਡੇ ਕੋਲ ਦੂਰ ਤੱਕ ਤਾਂ ਅਪੜਿਆ ਨਹੀਂ ਗਿਆ ਅਤੇ ਛੋਟਿਆਂ ਹਸਪਤਾਲਾਂ 'ਚ ਖੜਦੇ ਰਹੇ ਸਾ, ਅਤੇ ਇਹ ਉਦੋਂ ਜਿੰਨਾ ਕੁ ਹੈਗਾ ਸੀ ਮੁੜ ਕੇ ਉਹਨਾਂ ਦੀ ਲੱਤ ਦੁਬਾਰਾ ਟੁੱਟ ਗਈ ਅਤੇ ਉਹਨਾਂ ਕੋਲ ਹੁਣ ਉਹਨੂੰ 5 ਸਾਲ ਹੋ ਗਏ ਮੰਜੀ 'ਤੇ ਬੈਠੇ ਨੇ, ਅਤੇ ਹੁਣ ਆਪ ਹੀ ਮੈਂ ਕਰਕੇ ਲਿਆਉਣੀ ਮਿਹਨਤ ਅਤੇ ਫਿਰ ਆਈ ਗੁਜ਼ਾਰਾ। ਕਿੰਨੇ ਪੈਸੇ ਗੁਜ਼ਾਰਾ? ਕੰਮ ਕਰਨ ਜਾਈਦਾ, ਕਦੀ 150 ਵੀ ਬਣ ਗਿਆ, ਕਦੀ 100 ਵੀ ਬਣ ਗਿਆ ਕਿਸੇ ਦੇ ਘਰਾਂ 'ਚ, ਇੱਦਾਂ ਹੀ ਆ ਕਿਵੇਂ ਗੁਜ਼ਾਰਾ ਕਰਦੇ? ਗੁਜ਼ਾਰਾ ਇੱਦਾਂ ਹੀ। ਮੇਰਾ ਨਾਮ ਜੀ ਬਲਵਿੰਦਰ ਸਿੰਘ ਜੀ। ਬਲਵਿੰਦਰ ਸਿੰਘ ਜੀ, ਆਹ ਬੱਚੀ ਕੀ ਲੱਗਦੀ ਤੁਹਾਡੀ? ਇਹ ਸਾਡੀ ਦੋਤੀ ਲੱਗਦੀ ਹੈ ਜੀ। ਇਹ ਕੀ ਹੋਇਆ? ਇਹਨੂੰ ਇੱਦਾਂ ਹੀ ਪਹਿਲਾਂ ਨਿੱਕੀ ਹੁੰਦੀ ਸੀ ਉਦੋਂ ਨਹੀਂ ਹੈਗਾ, ਪਹਿਲਾਂ ਕਹਿੰਦੇ ਕੁਛ, ਅਤੇ ਬਾਅਦ 'ਚ ਇਹਨੂੰ ਜਦੋਂ ਬਹਿਣ ਖਲੋਣ ਲੱਗੀ ਉਦੋਂ ਇਹਨੂੰ ਜਾਪਿਆ ਗਾ, ਉਦੋਂ ਇਹਨੂੰ ਲੱਗਾ ਗਾ ਵੀ ਇਹਨੂੰ ਕੋਲੀਆ ਪਾਲੀਆ ਹੋ ਗਿਆ, ਇਹਨੂੰ ਕਿਤੇ ਬਾਅਦ 'ਚ ਹੋ ਗਿਆ। ਕਿੰਨੀ ਉਮਰ 'ਚ ਹੋਇਆ ਸੀ? ਇਹ ਉਦੋਂ ਸਾਲ ਕੁ ਦੇ ਵਿੱਚ ਬਾਅਦ ਹੋਇਆ, 6.5 ਮਹੀਨਿਆਂ ਤੋਂ ਬਾਅਦ 'ਚ। ਅੱਛਾ। ਹਾਂ, 6.5 ਮਹੀਨਿਆਂ 'ਚ ਬਹਿਣ ਲੱਗੀ ਸੀ, ਬਹਿਣ ਲੱਗੀ ਤਾਂ ਪਤਾ ਲੱਗਿਆ ਤਾ। ਹੁਣ ਇਹਦੀ ਉਮਰ ਕਿੰਨੀ? ਹੁਣ ਇਹਦੀ 15-16 ਸਾਲ ਹੋ ਗਿਆ ਜੀ। ਕਦੋਂ ਦੀ ਤੁਹਾਡੇ ਕੋਲ? ਉਦੋਂ ਦੀ ਸੜਕੋਂ ਤੇ ਸਾਲ ਕਦੀ ਹੋਈ, ਤਾਂ ਸੜਕੋਂ ਤੋਂ ਦੀ ਸੜਕ ਕੋਲ ਆ ਗਈ ਹੈ। ਉਹ ਵੀ ਉਦੋਂ ਇਹਦਾ ਜਿਹੜਾ ਹੈਗਾ ਉਹ ਵੀ ਢਿੱਲਾ ਮੱਠਾ ਹੈਗਾ, ਤਾਂ ਪਿਓ ਜਿਹੜਾ ਉਹ ਵੀ ਸਾਡੇ ਕੋਈ ਨਿਆਣੇ ਜ਼ਿਆਦਾ ਫਿਰ ਕੋਈ ਰਹਿੰਦੇ ਹੈਗੇ ਇੱਥੇ ਹੀ, ਉਹ ਫਿਰ ਮੁੜ ਕੇ ਬਾਅਦ 'ਚ ਉਹਦੀ ਡੈਥ ਹੋ ਗਈ, ਫਿਰ ਮੈਂ ਗੁੱਡੀ ਫਿਰ ਘਰ ਆ ਗਈ ਮੇਰੀ ਲੈਣ ਦੀ, ਘਰੇ ਆ ਗਈ ਅਤੇ ਫਿਰ ਮੁੜ ਕੇ ਦੂਜੇ ਥਾਂ ਕਰ ਦਿੱਤਾ, ਅਸੀਂ ਉਹਦਾ ਬਹਾਲ ਦਿੱਤੀ ਆ, ਉਹ ਚਲੋ ਉੱਥੇ ਆਪਣੀ ਹੁਣ ਸੁਖੀ ਆ। ਇਹਨੂੰ ਨਹੀਂ ਲੈ ਗਈ? ਇਹਨੂੰ ਨਹੀਂ, ਨਿੱਕਾ ਮੁੰਡਾ ਖੜਿਆ ਨਾਲ, ਉਹਦੇ ਛੋਟਾ ਮੁੰਡਾ ਲੈ ਗਈ ਨਾਲ, ਅਤੇ ਇਹਨੂੰ ਇੱਥੇ ਸੜਕ ਛੱਡ ਗਈ। ਪਾਲਣ ਪੋਸ਼ਣ ਕਿਵੇਂ? ਪਾਲਣ ਪੋਸ਼ਣ ਅਸੀਂ ਕਰਨ ਡੇ,
ਸਾਡਾ ਕੰਮ ਕਰਨ ਦਾ ਨਾ ਕਾਰਨ ਜਿਹੜਾ ਮਿਲਤਾ ਚੂਲਿਆਂ ਤੇ ਮੇਰੀ ਉਹ ਵੀ ਮੈਂ ਕੰਮ ਕਰਦਾ ਹੈਗਾ ਜਾਂ ਮੰਡੀ ਚ ਕੰਮ ਕਰਦਾ ਹੈ ਮੰਡੀ ਚ ਕੰਮ ਕਰਦੇ ਤੇ ਮੇਰੇ ਉੱਤੋਂ ਦੱਬ ਜੀ ਆ ਗਈ ਤੇ ਲੱਕ ਨੂੰ ਉੱਤੋਂ ਦੱਬ ਆ ਗਈ ਆ ਉਹ ਮੁੜ ਕੇ ਮੇਰੇ ਕੋਲ ਨਹੀਂ ਇੰਨਾ ਇਲਾਜ ਕਰਾਇਆ ਗਿਆ ਤੇ ਮੈਂ ਵੀ ਇਲਾਜ ਹੁਣ ਮੈਂ ਵੀ ਬੈਠਾ ਹੈ ਇਲਾਜ ਮੇਰੇ ਕੋਲ ਮੇਰਾ ਵੀ ਇਲਾਜ ਹੁੰਦਾ ਮੈਂ ਵੀ ਠੀਕ ਹਾਂ ਗੁਜ਼ਾਰਾ ਇੱਦਾਂ ਹੀ ਉਹ ਲਿਆਉਂਦੀ ਆ ਤੇ ਇੱਦਾਂ ਹੀ ਸਰਦਾ ਮਾੜਾ ਮੋਟਾ ਚੱਲਦਾ ਜਾਂਦਾ ਕੋ ਛੋਟੀ ਗੁੱਡੀ ਆ ਮੇਰੀ ਉਹ ਮੈਨੂੰ ਬਾਬਾ ਸਾਨੂੰ ਆਸਰਾ ਦਿੰਦੀ ਆ ਜੀ ਦਾਣਾ ਫੱਕਾ ਉਹ ਲਾਗੇ ਆ ਤੇ ਮੋ ਵਾਲਿਆ ਜੀ ਤਾਂ ਇਸ ਮੌਕੇ ਇੱਕ ਪੁਲਿਸ ਮੁਲਾਜ਼ਮ ਟ੍ਰੈਫਿਕ ਐਜੂਕੇਸ਼ਨ ਸੈੱਲ ਅੰਮ੍ਰਿਤਸਰ ਦੇ ਇੰਚਾਰਜ ਸਬ ਇੰਸਪੈਕਟਰ ਦਲਜੀਤ ਸਿੰਘ ਵੀ ਉੱਥੇ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਕੁਝ ਰਾਸ਼ਨ ਅਤੇ ਖਾਣ ਪੀਣ ਦੀਆਂ ਵਸਤਾਂ ਬੱਚੀ ਨੂੰ ਦਿੱਤੀਆਂ ਗਈਆਂ ਤਾਂ ਇਸ ਮੌਕੇ ਉਹਨਾਂ ਨੇ ਦਾਨੀ ਸੱਜਣਾਂ ਨੂੰ ਅਪੀਲ ਵੀ ਕੀਤੀ ਹੈ ਤੇ ਅਪੀਲ ਦੇ ਵਿੱਚ ਉਹਨਾਂ ਕੀ ਕਿਹਾ ਆਓ ਤੁਸੀਂ ਵੀ ਸੁਣੋ ਸਤਿ ਸ਼੍ਰੀ ਅਕਾਲ ਜੀ ਮੈਂ ਦਲਜੀਤ ਸਿੰਘ ਸਬ ਇੰਸਪੈਕਟਰ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਅੰਮ੍ਰਿਤਸਰ ਪਿਛਲੇ ਦਿਨ ਇੱਕ ਸਾਨੂੰ ਵੀਡੀਓ ਮਿਲੀ ਸੀਗੀ ਜਿਹਦੇ ਵਿੱਚ ਕਿਸੇ ਨੇ ਉਹ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਇੱਕ ਛੋਟੀ ਬੱਚੀ ਆ ਜਿਹਨੂੰ ਕਿ ਬਜ਼ੁਰਗ ਜੋੜਾ ਜਿਹੜਾ ਵਾ ਉਹ ਆਪਣੇ ਕੋਲ ਰੱਖ ਕੇ ਉਹਦੀ ਪਾਲਣ ਪੋਸ਼ਣ ਕਰ ਰਿਹਾ ਅਤੇ ਉਹ ਬੱਚੀ ਜਿਹੜੀ ਆ ਉਹ ਨਾ ਰਿੜ ਸਕਦੀ ਆ ਨਾ ਚੱਲ ਸਕਦੀ ਆ ਨਾ ਉਹ ਪੈਰਾਂ ਸਿਰ ਖੜ੍ਹੀ ਹੋ ਸਕਦੀ ਅਤੇ ਉਹ ਬੱਚੀ ਦੇ ਜਿਹੜੇ ਹੱਥ ਪੈਰ ਮੁੜੇ ਹੋਏ ਸੀਗੇ ਅਤੇ ਅਸੀਂ ਜਦੋਂ ਉੱਥੇ ਗਏ ਸੀ ਅਤੇ ਜਾ ਕੇ ਦੇਖਿਆ ਕਿ ਉਹਨਾਂ ਦਾ ਜਿਹੜਾ ਘਰ ਸੀਗਾ ਉਹ ਆਮ ਫਰਸ਼ ਨੂੰ ਬਹੁਤ 3-4 ਫੁੱਟ ਨੀਵਾਂ ਸੀਗਾ ਅਤੇ ਉਹਨਾਂ ਦਾ ਜਿਹੜਾ ਘਰ ਸੀਗਾ ਉਹ ਵੀ ਕਹਿੰਦੇ ਚੌਂਦਾ ਮੀਂਹ ਦੇ ਦਿਨਾਂ ਵਿੱਚ ਅਤੇ ਇੱਕ ਜਿਹੜਾ ਬਾਹਰ ਦਾ ਵਿਹੜੇ ਦਾ ਪਾਣੀ ਆ ਉਹ ਜਦੋਂ ਵੀ ਮੀਂਹ ਪੈਂਦਾ ਅਤੇ ਰੁੜ ਕੇ ਅੰਦਰ ਆਉਂਦਾ ਅਤੇ ਜਦੋਂ ਮੀਂਹ ਆਉਂਦਾ ਅਤੇ ਮਾਤਾ ਅੰਦਰ ਬੈਠ ਕੇ ਉਹ ਤਰਪਾਲ ਲੈ ਕੇ ਬੈਠਦੇ ਆ ਬੱਚੇ ਨੂੰ ਅਤੇ ਉਹ ਬਜ਼ੁਰਗ ਨੂੰ ਉਹ ਰੱਖਦੇ ਉਹ ਤਰਪਾਲ ਦੇ ਹੇਠਾਂ ਅਤੇ ਜਦੋਂ ਵੀ ਉਹ ਕੋਸ਼ਿਸ਼ ਕਰਦੇ ਆ ਕਿ ਜਦੋਂ ਮੀਂਹ ਹਟੇਗਾ ਉਦੋਂ ਅਸੀਂ ਰੋਟੀ ਪਾਣੀ ਖਾਵਾਂਗੇ ਅਤੇ ਪਕਾਵਾਂਗੇ ਮਾਤਾ ਬਜ਼ੁਰਗ ਅਵਸਥਾ ਦੇ ਵਿੱਚ ਆਪ ਮਿਹਨਤ ਮਜ਼ਦੂਰੀ ਕਰਕੇ ਕਿਉਂਕਿ ਜਿਹੜੇ ਬਜ਼ੁਰਗ ਨੇ ਉਹ ਪਿਛਲੇ 5 ਸਾਲਾਂ ਤੋਂ ਮੰਜੇ ਦੇ ਉੱਪਰ ਨੇ ਅਤੇ ਉਹਨਾਂ ਦੇ ਜਿਹੜੀ ਬਿਮਾਰੀ ਆ ਉਹ ਵੱਧਦੀ ਜਾ ਰਹੀ ਆ ਉਹ ਚੱਲ ਫਿਰ ਨਹੀਂ ਸਕਦੇ ਅਤੇ ਜਿਹੜੀ ਮਾਤਾ ਵਾ ਉਹ 100-150 ਰੁਪਇਆ ਕਦੀ ਲੈ ਕੇ ਆਉਂਦੀ ਆ ਅਤੇ 100-150 ਰੁਪਏ ਵਿੱਚ ਰੋਟੀ ਪਾਣੀ ਵੀ ਪਕਾਉਂਦੀ ਹੈ ਖਵਾਉਂਦੀ ਆ ਅਤੇ ਬੱਚੇ ਨੂੰ ਦਵਾ ਦਾਰੂ ਵੀ ਕਰਦੀ ਆ ਅਤੇ ਜਿਹੜਾ ਇਹ ਇੱਕ ਉਪਰਾਲਾ ਵਾ ਅਸੀਂ ਸੰਗਤਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਸ ਬੇਟੀ ਦਾ ਪਾਲਣ ਪੋਸ਼ਣ ਪਰਵਰਿਸ਼ ਅਤੇ ਉਹਨੂੰ ਰਹਿਣ ਬਸੇਰਾ ਅਤੇ ਉਹਦਾ ਜੇ ਪੜ੍ਹਾਈ ਲਿਖਾਈ ਦਾ ਜੇ ਕੋਈ ਦਾਨੀ ਸੱਜਣ ਸੇਵਾ ਉਠਾ ਸਕਦਾ ਹੋਵੇ ਅਤੇ ਉਹ ਅੱਗੇ ਆ ਕੇ ਉਸ ਬੇਟੀ ਨੂੰ ਨਾਲ ਲਿਜਾਵੇ ਅਤੇ ਆਪਣੇ ਜਿਹੜੇ ਰਹਿਣ ਬਸੇਰੇ ਵਿੱਚ ਰੱਖੇ ਅਤੇ ਉਹਦਾ ਪਾਲਣ ਪੋਸ਼ਣ ਕਰ ਸਕੇ ਚੜ੍ਹਦੀ ਕਲਾ ਟਾਈਮ ਟੀਵੀ ਲਈ ਬਾਬਾ ਬਕਾਲਾ ਸਾਹਿਬ ਤੋਂ ਬਲਰਾਜ ਸਿੰਘ ਰਾਜਾ ਦੀ ਰਿਪੋਰਟ